पर मैं हुण अज तो बाद निकू की तारीफ विच कदे भी कोई भी वीडियो नहीं बनाऊंगा। अपना जिहड़ा निकू आ गाउण वाला पिछले दिन ही इंद्रजीत सिंह निकू ਉਹਨੂੰ ਸਿੰਘ ਕਹਿਣ ਨੂੰ ਤਾਂ ਜੀ ਨਹੀਂ ਕਰਦਾ। ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਚੱਲ ਰਹੇ ਮੁੱਦੇ ਦੇ ਬਾਰੇ ਤਾਂ ਆਪਾਂ ਸਭ ਜਾਣਦੇ ਹੀ ਆ। ਮੇਰੇ ਦੋਵਾਂ ਨਿਆਣੇ ਕੱਲ ਫੜ ਕੇ ਸਿਰਾਣੇ ਮੈਨੂੰ ਪੁੱਛਦੇ ਆ ਲੋਕੀ ਮਾੜਾ ਕਾਤੋਂ ਬੋਲਦੇ, ਐਡਾ ਕਿਹੜਾ ਕਰਤਾ ਤੂੰ ਪਾਪ ਬਾਪੂਆ, ਤੈਨੂੰ ਨੇ ਗਦਾਰਾਂ ਵਿੱਚ ਕਾਤੋਂ ਤੋਲਦੇ, ਤੇਰੀ ਪੱਗ ਦੇ ਸੀ ਫੈਨ ਹੁਣ ਤੈਨੂੰ ਮਾੜਾ ਕਹਿਣ, ਤੇਰੀ ਪੱਗ ਨੂੰ ਫਿਰਦੇ ਨੇ ਕਾਤੋਂ ਰੋਲਦੇ, ਮੀਟ ਮੂਟ ਖਾਂਦੇ ਨੇ, ਤੂੰ ਮੈਨੂੰ ਦੱਸ ਇਹ ਪਾਪ ਹੈ ਕਿ ਨਹੀਂ, ਇਹੜੇ ਤੈਨੂੰ ਮਾੜਾ ਕਹਿੰਦੇ ਚੰਗੇ ਆਪ ਹੈ ਕਿ ਨਹੀਂ, ਤੈਨੂੰ ਮਾੜਾ ਕਹਿੰਦੇ ਚੰਗੇ ਆਪ ਹੈ ਕਿ ਨਹੀਂ, ਤੈਨੂੰ ਮਾੜਾ ਕਹਿੰਦੇ ਚੰਗੇ ਆਪ ਹੈ ਕਿ ਨਹੀਂ, ਆਪ ਹੈ ਕਿ ਨਹੀਂ, ਆਪ ਹੈ ਕਿ ਨਹੀਂ। ਮੈਂ ਕਿਹਾ ਪੁੱਤ ਮੇਰਾ ਇੱਕੋ ਇੱਕ ਸੂਰ, ਲੋਕਾਂ ਵਿੱਚ ਥੋੜਾ ਬਹੁਤਾ ਹੈਗਾ ਮਸ਼ਹੂਰ, ਲੋਕਾਂ ਹੱਸਣ ਲਈ ਵੀਡੀਓ ਸ਼ੇਅਰ ਸੀ ਕੀਤੀ, ਆਇਆ ਕਈਆਂ ਨੂੰ ਤਰਸ ਉਹਨਾਂ ਹੱਲਾ ਸ਼ੇਰੀ ਦਿੱਤੀ, ਮੈਂ ਉੱਠ ਖੜਾ ਹੋਇਆ ਲਾਏ ਲੋਕ ਸੀ ਸ਼ੋ, ਇਸੇ ਗੱਲ ਦੀ ਕਈਆਂ ਨੂੰ ਗਈ ਜੈਲਸੀ ਸੀ ਉਹ ਸ਼ੋ, ਕਿਸੇ ਨਾ ਕਰਾਏ ਜਿੰਨਾ ਜਿੰਨਾ ਨੇ ਸੀ ਵਾਅਦਾ ਕੀਤਾ, ਸਾਥ ਮੇਰਾ ਘੱਟ ਦਿੱਤਾ ਸ਼ੋ ਆਫ ਜ਼ਿਆਦਾ ਕੀਤਾ, ਹਾਰ ਦਾ ਡਿੱਗਦਾ ਟੈਂਦਾ ਉੱਠਦਾ ਜਾਵਾਂਗਾ, ਬਾਹਰ ਲੋਕਾਂ ਦੀ ਨਫ਼ਰਤ ਦਾ ਵੀ ਚੁੱਕਦਾ ਜਾਵਾਂਗਾ, ਪਰ ਪੁੱਤ ਹਾਂ ਨਾਨਕ ਦਾ ਮੈਂ ਸਭ ਨੂੰ ਪਿਆਰ ਕਰਦਾ ਹਾਂ, ਮੈਂ ਪੁੱਤ ਹਾਂ ਨਾਨਕ ਦਾ। ਮੇਰੇ ਗੀਤਾਂ ਉੱਤੇ ਨੱਚਦੇ ਰਹੇ ਤੁਸੀਂ, ਮੈਂ ਉਹੀ ਨਿੱਕੂ ਹਾਂ। ਮੇਰੇ ਗੀਤਾਂ ਨਾਲ ਰੋਂਦੇ ਹੱਸਦੇ ਰਹੇ ਤੁਸੀਂ, ਮੈਂ ਉਹੀ ਨਿੱਕੂ ਹਾਂ। ਮੈਂ ਗੁਰਦੁਆਰੇ ਮੰਦਰ ਮਸਜਿਦ ਹਰ ਜਗ੍ਹਾ ਜ਼ਰੂਰ ਗਿਆ ਮਾੜੇ ਟਾਈਮ 'ਚ, ਇਹ ਕਿਵੇਂ ਪਾਪ ਹੋ ਗਿਆ? ਤੁਹਾਡੀਆਂ ਗਾਲਾਂ ਨਫ਼ਰਤ ਕਰਨਾ ਕਿੱਥੋਂ ਦਾ ਇਨਸਾਫ ਹੋ ਗਿਆ? ਤੁਸੀਂ ਕਿਸੇ ਦੀ ਮਾਂ ਭੈਣ ਧੀ ਨੂੰ ਗਾਲ ਕੱਢਣ ਵਾਲੇ ਕਿੰਨੇ ਕੁ ਚੰਗੇ ਹੋ, ਇਹ ਸਭ ਸਾਫ਼ ਹੋ ਗਿਆ।